ਲਓ ਜੀ ਮਿੱਤਰੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਬੜੇ ਚਿਰ ਬਾਅਦ ਆਏ ਆਪਾਂ ਵਲੌਗ ਲੈ ਕੇ। ਵੈਸੇ ਆਪਣੇ ਸ਼ੋਟ ਆਉਂਦੇ ਰਹਿੰਦੇ ਆ, ਉਮੀਦ ਕਰਦੇ ਸਾਰੇ ਵਧੀਆ ਹੋਊਗੇ। ਲਓ ਜੀ ਮਿੱਤਰੋ, ਆਪਣੇ ਪਿੰਡ ਹੀ ਅੱਜ ਮੇਲਾ, ਅਤੇ ਮੇਲਾ ਆਪਾਂ ਲੰਗਰ ਛੱਕ ਕੇ ਅਤੇ ਰੋਸ਼ਨ ਹੋਣਾ ਪਲੈਨ ਬਣਿਆ ਵੀ ਨਹਾਉਣ ਜਾਣਾ ਵਾ। ਹੁਣ ਅਸੀਂ ਨਹਾਉਣ ਚੱਲੇ, ਕੋਈ ਬੰਬੀ ਲੱਭਣ ਅਤੇ ਸੂਹਾ ਹੈਗਾ, ਸੂਹੇ 'ਚ ਪਾਣੀ ਨਹੀਂ ਹੈਗਾ। ਆਹ ਵੇਖੋ ਸੀਡੀ ਸਭ ਜਾਣਦਾ, ਉਹ ਅੱਗੇ ਸਪਲੈਂਡਰ ਜਾਣਦਾ ਗੁਰਬੀ ਦਾ। ਬਾਕੀ ਤੁਹਾਨੂੰ ਮੁਲਾਕਾਤ ਕਰਾਉਂਦੇ ਰੋਸ਼ਨ ਨਾਲ। ਲਓ ਜੀ ਚੜ੍ਹ ਗਏ ਰੋਡ 'ਤੇ, ਨਾਲ ਜਾਣ ਦਿਓ ਰੋਸ਼ਨ ਨਾਲ ਤੁਹਾਡੀ ਕਰਾਉਂਦੇ ਗੱਲਬਾਤ। ਅੱਜ ਰੋਸ਼ਨ ਨੇ ਆਪਣੀ ਲੁੱਕ ਬਣਾਈ ਆ। ਹਾਂਜੀ ਰੋਸ਼ਨ ਜੀ, ਕੀ ਹਾਲ ਚਾਲ ਆ? ਤੂੰ ਮੋਟਰਸਾਈਕਲ ਵਾੜ ਲੱਗੇ ਗੁਰਬੀ ਨੂੰ ਵੇਖੋ ਦੱਲੇ ਨੇ ਪਾਇਆ। ਇੱਦਾਂ ਪਾਉਂਦੀਆਂ ਜੇ ਗੱਲਾਂ, ਹੁਣ ਇਹਨੂੰ ਇੱਦਾਂ ਜਾਣਾ। ਵੇਖੋ ਕਰੋ ਚੈੱਕ, ਉਹ ਆਪਣਾ ਗੋਪਾ ਵੀਰ ਇਹਨੂੰ ਮਿੱਤਰੋ ਪਕੜਨਾ ਵਾ, ਉਹ ਉੱਥੋਂ ਤੱਕ ਲਓ ਜੀ ਮਿੱਤਰੋ, ਉੱਥੋਂ ਆਪਾਂ ਤੋੜ ਕੇ ਲਿਆਂਦਾ। ਬਾਕੀ ਆ ਗੋਪੇ ਨਾ ਕਰੋ ਗੱਲਬਾਤ। ਬਾਈ ਮੋਟਰਸਾਈਕਲ ਪੂਰਾ ਓਕੇ ਜੋ, ਇੰਜਨ ਨਹੀਂ ਖੁੱਲਦਾ ਦਾ? ਮੈਂ ਨਾ ਖੁੱਲਿਆ ਇੰਜਨ, ਤੇ ਇੰਜਨ ਹੋਰ ਖੁੱਲਿਆ ਨਾ ਤੇ ਮੋਟਰਸਾਈਕਲ ਤਾਂ ਆਉਣਾ ਸੀ। ਦਾਦੀ ਗੋਪੇ ਨਾਲ ਵਜਨ ਕੀਤੇ ਵੀ ਸੰਧੂਣੀ ਆ। ਲਓ ਜੀ ਇੱਕ ਮੰਟਲ ਤੇ ਭਾਰ ਹੈ ਰੋਸ਼ਨ ਦਾ, ਇੱਦਾਂ ਹੀ ਚੱਲੂਗਾ। ਆ ਮੋਦੀ ਨੇ ਇਹਨੇ ਟੰਕੀ ਨਾਲ ਤੇ ਢਿੱਡ ਲੱਗਦਾ ਰੋਸ਼ੇ ਦਾ, ਕਹਿੰਦੇ ਬੰਦ ਹੁੰਦਾ ਰੋਸ਼ਨ ਦਾ, ਮੈਂ ਨਹੀਂ ਹੁੰਦਾ ਬੰਦ। ਖੋ ਦੁਬਈ ਵਾਲਿਓ ਕਰੋ ਵਲੌਗ ਚੈੱਕ, ਪੈਸੇ ਪੂਸੇ ਪਾਓ ਇੱਥੋਂ, ਫੋਨ ਲੱਗ ਦਈਏ ਰੋਸ਼ਨ ਨੂੰ। ਦਹੀਂ ਨਹੀਂ ਆ ਗਏ ਕਾਬੂ।
ਲੋ ਜੀ ਗੁੱਪ ਪਾਉਂਦਾ ਆ ਰੇਟ, ਲੱਤ ਦਾ ਲਾਰਾ ਜਾਣ ਕੱਢੀ ਜਾਂਦਾ। ਲੋ ਜੀ ਗਾੜੀ ਰੋਜਾ ਸੋਈ ਟੱਕਰ ਅੰਬਾ ਬੁਲਟ, ਹਾਏ 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 ਹਾਈ। ਚਲੋ ਜੀ ਆਹ ਪੈ ਗਈ ਰੇਟ, ਪੈ ਗਈ ਰੇਟ ਇਹਨੂੰ ਲਿਦੜਾ ਲਿਦੜਾ ਇਹਨੂੰ ਚੈਲੇਂਜ ਦਿੰਦਾ ਹੈ, ਰੋਜ਼ਨ ਚੈਲੇਂਜ ਦਿੰਦਾ ਹੈ, ਰੋਜ਼ਨ ਚੈਲੇਂਜ ਦਿੰਦਾ। ਯੈਸ ਵਗਿਆ। ਲਓ ਜੀ ਮੈਂ ਦੂਜੀ ਰੇਟ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ ਗੋਪੇ ਨੂੰ ਤਰੀ ਵਾਲੇ ਸਮੋਸੇ ਮਿਲਦੇ ਆ। ਲਓ ਜੀ ਗੋਪਾ ਫੇਰ ਆਉਂਦਾ ਹੋਇਆ, ਗੋਪੇ ਨੇ ਆਖਦੀ ਰੋਜ਼ਨ ਟੱਕਰ ਫੇਰ ਦੇਣੀ ਆ। ਲਓ ਜੀ ਕੰਮ ਹੋ ਗਿਆ ਜੇ, ਚੱਲਣ ਲੱਗਾ ਜੇ ਕੰਮ, ਚਿੱਕੜੋ ਚਿੱਕੜੀ ਹੁੰਦਾ ਆ ਰੋਜ਼ਾ। ਡਰਦਾ ਹੀ ਭੱਜਦਾ, ਡਰਦਾ ਹੀ, ਵੇਖੋ ਜੀ ਵੇਖੋ, ਇਹ ਤਾਂ ਟਾਸ ਦੇ ਉੱਤਰੋਂ ਦੀ ਭੱਜ ਗਿਆ ਵਾ, ਨਹੀਂ ਇਹ ਤਾਂ ਕੰਮ ਗਲਤ ਹੋ ਗਿਆ। ਲਓ ਜੀ ਗੋਪੇ ਨੇ ਫੇਰ ਆਉਂਦੇ ਹੋਇਆ, ਕਬੱਡੀ ਕਰਦੇ ਹੋਇਆ। ਲਓ ਜੀ ਦਹੀਂ, ਆਹ ਵੀਰ ਭਲਾ ਕਿੱਥੋਂ ਦਾ ਗੁਰਵੀਰ, ਆਹ ਅੱਟੂ 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 ਅੜੂਆ ਮੋਦੀ। ਲਓ ਜੀ ਲਓ ਹੁਣ ਟੱਕਰ ਸਾਵੀਂ ਚੱਲਣੀ ਆ, ਹੁਣ ਗੋਪਾ ਭੱਜਦਾ ਆ ਵਾਹਣਾ ਜੇ, ਕਹਿੰਦੇ ਭੱਜਦੇ ਨੂੰ ਵਾਹ ਨਹੀਂ ਲੱਭਦੇ, ਹੁਣ ਇਹਨੇ ਇੱਦਾਂ ਭੱਜਣਾ ਜੇ। ਓ ਲੈ ਕੁੜਿਆ ਦਹੀਂ ਕੁੜੀ ਲਾ ਜੀ, ਰੋਸ਼ਨ ਹੋਣ ਦਾ ਕੰਮ ਬੈਕ ਹੋ ਗਿਆ ਵਾ, ਗੋਪੇ ਨੀ ਡਰਦੇ ਨੀ ਆਉਂਦੇ। ਲਾ ਜੀ ਗੋਪਾ ਵੀਰ ਫੇਰ ਆ ਗਿਆ, ਕਬੱਡੀ ਕਰਦਾ ਹੋਇਆ। ਲੱਤ ਦਾ ਲਾਰਾ ਜਾਣ ਕੱਢੀ ਜਾਂਦਾ ਤਰਾਲੜ ਕੁਵਾਰਾ। ਚਲੋ ਜੀ ਆ ਗਿਆ ਜੇ ਗੁਰਬੀਰ ਆਈ ਅੰਬਾ ਆ ਪਿਆ ਜੇ ਗੋਪਾ। ਰੋਸ਼ਨ ਜੀ ਕੀ ਬਿਆਨ ਕਰਨਾ ਚਾਹੁੰਦੇ? ਆਈ ਹੁਣ ਰੋਸ਼ਨ ਆਉਣ ਲੱਗਾ ਜੇ, ਰੋਸ਼ਨ ਵੀ ਜੀ ਧਿਆਨ ਹੈ, ਤੁਹਾਡਾ ਗੋਡਾ ਵੀ ਥੋੜ੍ਹਾ ਬਹੁਤਾ ਹਿੱਲ ਜਾਂਦਾ ਵਾ। ਲਓ ਜੀ ਰੋਸ਼ਨ ਨੂੰ ਨਹੀਂ ਆ ਗਏ ਆ, ਗੁੱਲਾ ਬੱਗੇ ਪਿੰਡ ਵਾਲਾ ਰੇਡ ਪਾਉਂਦਾ ਆ। ਆ ਗੁਰਬੀਰ ਚੱਲ ਗੁਰਬੀਰ, ਜਾਣਾ ਨਹੀਂ ਚਾਹੀਦਾ, ਝੋਟਾ ਇੱਕ ਪਾਸੇ ਰੋਸ਼ਾ ਆਜੋ, ਆ ਦੱਬਦਾ ਗੁਰਬੀਰ ਨੂੰ ਦੱਲੇ ਖੋਤੇ ਨੂੰ। ਚਲੋ ਜੀ ਭੱਜ ਗਿਆ ਰੋਸ਼ਨ। ਲਓ ਜੀ ਰੋਸ਼ਨ ਨੂੰ ਨਹੀਂ ਕਾਬੂ ਆਉਂਦਾ ਆ, ਮੂੰਹ ਸਾਰਾ ਪੈ ਗਿਆ ਚਿੱਕੜ।
ਬਾਬਾ ਨਹਾ ਲਿਆ ਬਹੁਤ ਮਜ਼ਾ ਆਇਆ। ਹਾਂਜੀ ਬਾਬਾ ਜੀ ਬਹੁਤ ਮਜ਼ਾ ਆਇਆ, ਹੋ ਗਿਆ ਸਟਾਰਟ। ਸਾਡੇ ਜਮਦੂਦ ਹੈ ਬਹੁਤ ਜ਼ਿਆਦਾ, ਬਹੁਤ ਗੱਲਾਂ ਕਰਦਾ, ਬਹੁਤ ਬੜਾ ਮਜ਼ਾ ਆਇਆ। ਹਾਂਜੀ ਗੁਰਵੀਰ ਨੂੰ ਨਾਣੇ ਆਸਾ ਪਾਤਾ ਹੈ। ਚਲੋ ਗੁਰਵੀਰ ਜੀ ਫੇਰ ਫੇਰ ਕਰੋ ਕੰਮ। ਚਲੋ ਨਹੀਂ ਨਹੀਂ ਮਗਰ ਹਾਂਜੀ ਰੋਸ਼ਨ ਜੀ ਸੈੱਟ ਕੰਮ ਪੂਰਾ ਆਹ ਸਮੋਕ ਸਮੂਕ ਕਰਾਈ ਵੀ ਉਹਨੇ ਗਾਹ ਜਾ। ਨਹੀਂ ਨਹੀਂ ਫਾਲਤ ਥੋੜਾ ਪੈਂਦਾ ਝੋਟੇ ਦੇ, ਮੱਝ ਦੇ ਮਜਾ ਲਿਆ ਵਾ। ਹਾਂਜੀ ਗੋਪਾ ਜੀ ਵਲੌਗ ਕਰਦੇ ਐਂਡ, ਹਨੇਰਾ ਹੋ ਗਿਆ ਵਾ ਅਤੇ ਇਹ 'ਚ ਆਪਾਂ ਐਡਿਟ ਕਰਨ ਦਾ ਚੇਤਾ ਭੁੱਲ ਗਏ। ਵਲੌਗ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਕਰ ਦਿਓ ਲਾਈਕ। ਚਲੋ ਮਿਲਦੇ ਆਪਾਂ ਅਗਲੇ ਵਲੌਗ 'ਚ।